ਹੈਂਡਲ ਚੈੱਕ ਕਰ ਲੈ ਇੱਕ ਵਾਰੀ ਹੈਂਡਲ ਭਈਆਂ ਨੇ ਦੁਆਏ ਕੀ ਹੋਇਆ ਬਾਕੀ ਲਾਏ ਬੜੇ ਘੈਂਟ ਯਾਰ ਇਸ ਵਾਲੇ ਚੱਚ ਦੇ ਬਹੁਤ ਆ ਦੋਈ ਮਿੱਤਰੋ ਵਲੌਗ ਸ਼ੁਰੂ ਕਰਨ ਤੋਂ ਪਹਿਲਾਂ ਆਹ ਦੇਖੋ ਸਕਰੀਨਸ਼ੋਟ ਪਾ ਰਹੇ ਹਾਂ 80% ਬੰਦੇ ਆ ਜਿਹੜੇ ਡੇਲੀ ਵਲੌਗ ਤਾਂ ਦੇਖਦੇ ਆ ਪਰ ਚੈਨਲ ਸਬਸਕ੍ਰਾਈਬ ਨਹੀਂ ਕਰਦੇ ਤਾਂ ਬਾਈ ਸਬਸਕ੍ਰਾਈਬ ਕਰ ਲਓ ਠੀਕ ਆ ਜੇ ਮਤਲਬ ਤੁਸੀਂ ਦੇਖਦੇ ਆ ਡੇਲੀ ਤਾਂ ਮਤਲਬ ਤੁਹਾਨੂੰ ਪਸੰਦ ਆਉਂਦੇ ਹੋ ਤਾਂ ਸਬਸਕ੍ਰਾਈਬ ਕਰ ਲਓ ਤੁਹਾਡਾ ਕਿਹੜਾ ਕੋਈ ਪੈਸੇ ਲੱਗਦੇ ਆ ਬਾਈ ਸਾਨੂੰ ਥੋੜ੍ਹੀ ਸਪੋਰਟ ਮਿਲ ਜਾਂਦੀ ਆ ਅਤੇ ਦੇਖੋ ਵਲੌਗ ਇਸ ਵਾਲੇ ਵੀਲ ਪਵਾਇਆ ਜੇ ਆਪਾਂ ਬੁਲਟ 'ਚ ਅਤੇ ਸਬਸਕ੍ਰਾਈਬ ਕਰ ਲਓ ਬਾਈ ਮਿੱਤਰੋ ਵੈਲਕਮ ਬੈਕ ਹੈ ਨਵੇਂ ਵਲੌਗ ਦੇ ਵਿੱਚ ਅਤੇ ਬਾਈ ਅੱਜ ਆਪਾਂ ਬੁਲਟ ਦੇ ਲਾਈਟ ਚੇਂਜ ਕਰਾਉਣੇ ਨੇ ਠੀਕ ਆ ਥੋੜ੍ਹੀ ਘੱਟ ਰੱਖਦੇ ਅਤੇ ਮੈਂ ਨਾ ਜਿਵੇਂ ਕਿ ਪਿਛਲੇ ਵਲੌਗ 'ਚ ਕਿਹਾ ਯਾਰ ਆਪਾਂ ਨੇ ਪਿੰਡ ਪਵਾਇਆ ਤਾ ਪਿਛਲੇ ਵਲੌਗ 'ਚ ਮੈਂ ਕਿਹਾ ਤਾ ਵੀ ਬਾਈ ਜੇ ਕਿਸੇ ਨੇ ਮਤਲਬ ਆਉਣੇ ਆ ਐਕਸਚੇਂਜ ਕਰਨੇ ਆ ਕਿਉਂਕਿ ਸਾਡੇ ਉਹਦੇ ਦੋਨੋਂ 75-75 ਦੇ ਮਿਲਦੇ ਠੀਕ ਆ ਜੇ ਕਿਸੇ ਨੇ ਚੇਂਜ ਕਰਵਾਉਣੇ ਆ ਤਾਂ ਬਾਈ ਮੈਨੂੰ ਮੈਸੇਜ ਕਰ ਦਿਓ ਅਤੇ ਇੱਕ ਬਾਈ ਦਾ ਮੈਸੇਜ ਆਇਆ ਤਾ ਰੋਪੜ ਤੋਂ ਆਏ ਆ ਵੀਰੇ ਆਪਣੇ ਕਰਕੇ ਅਤੇ ਐਸ ਵੀਲ ਪਾਏ ਹੋਏ ਆ ਬਾਈਆਂ ਨੇ ਅਤੇ ਉਹ ਚੇਂਜ ਕਰਨੇ ਆਪਾਂ ਨੇ ਆਹ ਮਰਸੀ ਵਾਲੇ ਨਾਲ ਇਹ ਮਰਸੀ ਵਾਲੇ ਚੇਂਜ ਕਰਨੇ ਆ ਅਤੇ ਬਾਈ ਹੁਣੀ ਆ ਰਹੇ ਆ ਪਿੱਛੇ ਅਤੇ ਤੁਹਾਨੂੰ ਦਿਖਾਉਂਦੇ ਆ ਪ੍ਰੋਗਰਾਮ ਬਣੇ ਲੋ ਐਸ ਉਹਨਾਂ ਦਾ ਵਧੀਆ ਯਾਰ ਐਸ ਵੀਲ ਘੈਂਟ ਲੱਗਦੇ ਆ ਬਾਕੀ ਹੁਣ In 250 meters, turn left. ਅਤੇ ਰੋਪੜ ਤੋਂ ਆਏ ਹਾਂ ਬਾਈ ਪਹਿਲਾਂ ਦਾ ਧੰਨਵਾਦ ਵੀਰੇ ਜੀ ਵਲੌਗ ਦੇਖ ਕੇ ਆਏ ਰੋਪੜ ਦੇ ਅਤੇ ਆਹ ਐਸਾ ਕਸਮ ਕਰ ਕਰੀ ਉੱਧਰ ਨੂੰ ਮੜਿਆ ਦੇਖੀ ਖੁੱਲ੍ਹਾ ਆ ਉਹ ਹਾਂ ਹਾਂ ਇਹ ਪੁੱਠੀ ਪਈ ਹੋਈ ਆ ਹਲੇ ਤਾਂ ਇਹ ਸੱਪਾਂ ਨੇ ਉਹਦੇ 'ਚ ਪਵਾਉਣੀ ਆ ਆਹ ਬਸ ਮਾੜੀ ਜਿਹੀ ਮਿੱਟੀ ਮੁੱਟੀ ਜਿਹੀ ਹੋਵੇ ਬਾਕੀ ਲਾਏ ਬੜੇ ਘੈਂਟ ਯਾਰ ਇਸ ਵਾਲੇ ਚੱਚ ਦੇ ਬਹੁਤ ਆ ਬਾਕੀ ਹੁਣ ਇਹਨੂੰ ਪਵਾ ਕੇ ਫਿਰ ਚੱਲਦੇ ਹਾਂ ਲੋ ਵੀ ਮਿੱਤਰੋ ਬਾਈਆਂ ਦਾ ਹੋ ਗਿਆ ਕੰਮ ਅਤੇ ਮਰਸੀਡੀਜ਼ ਵਾਲੇ ਲੱਗ ਗਏ ਬਾਈਆਂ 'ਚ ਅਤੇ ਚਲੋ ਠੀਕ ਆ ਫਿਰ ਵੀਰੇ ਓਕੇ ਵੀਰ ਧੰਨਵਾਦ ਵੀਰੇ ਬਹੁਤ ਬਹੁਤ ਆਹ ਹੈਂਡਲ ਹੈਂਡਲ ਚੈੱਕ ਕਰ ਲਏ ਇੱਕ ਵਾਰੀ ਹੈਂਡਲ ਬਾਈਆਂ ਨੇ ਦੂਆ ਜਿਹਾ ਪਾਇਆ ਹੋਇਆ ਜਮਾਂ ਹੀ ਛੋਟਾ ਅਤੇ ਸਪਲੈਂਡਰ ਵਾਲਾ ਬਾਈ ਇਹ ਪਤਾ ਨਹੀਂ ਮੈਨੂੰ ਪਤਾ ਨਹੀਂ ਕਿਹੜੇ ਪਾਸੇ ਨੂੰ ਲੱਗਦਾ ਸਪਲੈਂਡਰ ਵਾਲਾ ਇਹ ਸਪਲੈਂਡਰ ਤਾਂ ਬਾਈ ਇਕੱਠਾ ਕੀਤਾ ਹੋਇਆ ਨਾ ਚਲੋ ਠੀਕ ਆ ਵੀਰੇ ਫਿਰ ਧੰਨਵਾਦ ਬਹੁਤ ਬਹੁਤ ਓਕੇ ਵੀਰੇ ਓਕੇ ਵੀਰ ਅਤੇ ਆ ਗਏ ਬਾਈ ਆਪਣੇ ਐਸਾ ਵਾਲੇ ਅਤੇ ਤੁਹਾਨੂੰ ਘਰ ਜਾ ਕੇ ਦਿਖਾਉਂਦੇ ਹਾਂ ਹੁਣ ਮੈਂ ਤਾਂ ਕਿਹਾ ਤਾਂ ਬਾਈ ਰੁਕ ਜਾਓ ਥੋੜ੍ਹਾ ਟਾਈਮ ਆ ਖਾ ਪੀ ਕੇ ਚੱਲਦੇ ਹਾਂ ਕੁਛ ਬਾਈ ਮੰਨੇ ਨਹੀਂ ਹੈਗੇ ਬਾਈ ਕਹਿੰਦੇ ਲੇਟ ਹੋ ਰਹਾ ਸਿੱਧਾ ਬਾਈ ਤੁਹਾਨੂੰ ਨਾ ਫਰਕ ਦਿਖਾਊਂਗਾ ਬੁਲਟ ਦੇ ਐਸ 'ਚ ਅਤੇ ਸਪਲੈਂਡਰ ਦੇ ਐਸ 'ਚ ਤੁਸੀਂ ਵੈਸੇ ਦੇਖਿਆ ਹੋਣਾ ਬਲੌਕਾਂ 'ਚ ਅਤੇ ਬੁਲਟ ਦਾ ਐਸ ਤਾਂ ਬਹੁਤ ਮੋਟਾ ਠੀਕ ਆ ਸਪਲੈਂਡਰ ਦਾ ਐਸ ਮੋਟੇ 'ਚ ਵੀ ਆਉਂਦਾ ਏ ਪਰ ਆਪਾਂ ਨੂੰ ਮਿਲਿਆ ਨਹੀਂ ਤਾ ਉਹ ਐਸ ਕੋਸ਼ਿਸ਼ ਤਾਂ ਬਹੁਤ ਕਰੀ ਸੀ ਬੁਲਟ ਆਪਾਂ ਨੇ ਮਰਸੀਡੀਜ਼ ਤੋਂ ਐਸ ਤੋਂ ਕਰਾ ਤਾ ਹੁਣ ਆਪਾਂ ਨੇ ਸਪਲੈਂਡਰ ਐਸ ਤੋਂ ਮਰਸੀਡੀਜ਼ 'ਚ ਕਰਾਉਣਾ ਕਿਉਂਕਿ ਮੈਨੂੰ ਪਸੰਦ ਤਾਂ ਐਸ ਏ ਆ ਬਾਈ ਠੀਕ ਆ ਮੈਨੂੰ ਪਸੰਦ ਤਾਂ ਐਸ ਏ ਆ ਪਰ ਉਹ ਜਿਹੜੇ ਐਸ ਆ ਨਾ ਸਪਲੈਂਡਰ ਵਾਲੇ ਉਹ ਥੋੜ੍ਹੇ ਯਾਰ ਪਤਲੇ ਆ ਸੋ ਉਹ ਮਤਲਬ ਜੱਚਦੇ ਆ ਪਰ ਇੰਨੇ ਨਹੀਂ ਜੱਚਦੇ ਜਿੰਨੇ ਮੋਟੇ ਜੱਚਦੇ ਆ ਤਾਂ ਕਰਕੇ ਇੱਕ ਮਾਰ ਲਾਂਗੇ ਕਿਹੜਾ ਹੋਰ ਜੇ ਮਿਲ ਕੇ ਠੀਕ ਆ ਨਹੀਂ ਆਪਾਂ ਨੇ ਇੱਕ ਨੇ ਜਿਵੇਂ ਇਹਦੇ ਮਰਸੀਡੀਜ਼ ਚੋਂ ਐਸ ਕਰਾ ਤੇ ਆਪਾਂ ਨੇ ਉਹਦੇ ਐਸ ਤੋਂ ਮਰਸੀਡੀਜ਼ ਕਰਾ ਦੇਣੇ ਅਤੇ ਨਾ ਉਹਦੀ ਮਰਸੀਡੀਜ਼ ਸਪਲੈਂਡਰ ਦੀ ਮਰਸੀਡੀਜ਼ ਵੀ ਅਲੱਗ ਜਿਹੀ ਆਉਂਦੀ ਆ ਉਹਦੀ ਮਰਸੀਡੀਜ਼ ਵੀ ਘੈਂਟ ਆ ਇੱਕ ਤਾਂ ਸਿਲਵਰ ਆਉਂਦੀ ਆ ਇੱਕ ਹੋਰ ਆ ਮਰਸੀਡੀਜ਼ ਜਿਵੇਂ ਦੇਖਿਆ ਹੋਣਾ ਥੋੜ੍ਹੀ ਬਲੈਕ ਪੱਟੀ ਹੁੰਦੀ ਆ ਕਮੈਂਟ ਕਰਕੇ ਦੱਸੋ ਜੀ ਸਪਲੈਂਡਰ ਦੇ ਵੀ ਕਰਾਉਣੇ ਆ ਇਹ ਤਾਂ ਆਪਾਂ ਕਰਾ ਲਏ ਹੁਣ ਤੁਹਾਨੂੰ ਦਿਖਾਉਂਦਾ ਵੀ ਇਹ ਚੱਲਦੇ ਕਿੰਨੇ ਘੈਂਟ ਲੱਗਦੇ ਆ ਦੋਈ ਮਿੱਤਰੋ ਪਹਿਲਾਂ ਕੁਝ ਖਾਈਏ ਠੀਕ ਆ ਇੱਧਰ ਨਵਾਂ ਖੁੱਲ੍ਹਿਆ ਰੈਸਟੋਰੈਂਟ ਜਿਹਾ ਕੁਝ ਖਾਈਏ ਅਤੇ ਫਿਰ ਕਿਉਂਕਿ ਭੁੱਖ ਸਵੇਰ ਦੀ ਬਹੁਤ ਲੱਗੀ ਹੋਈ ਆ ਰੋਇਲ ਕੈਫੇ ਇਹ ਹੋਏਗਾ ਲੋ ਵੀ ਮਿੱਤਰੋ ਹੁਣ ਤੁਹਾਨੂੰ ਚਲਾ ਕੇ ਦਿਖਾਉਂਦੇ ਹਾਂ ਮੋਟਰਸਾਈਕਲ ਦਈ ਮਾੜੀ ਚਾਬੀ ਨਹੀਂ ਲਿੱਤਾ ਤੈਨੂੰ ਉਹ ਯਾਰ ਤੂੰ ਗਾਲਾਂ ਕੱਢੀ ਜਾਂਦਾ ਪ੍ਰਸ਼ਨ ਵਿੱਚ ਉਹ ਤੂੰ ਗਾਲ ਕਿਵੇਂ ਕੱਢੀ ਤੈਨੂੰ ਪਤਾ ਸੱਭਿਆਚਾਰਕ ਵਲੌਗ ਬਣਾਉਂਦੇ ਅਸੀਂ ਬਾਈ ਯਾਰ ਐਂਡਰੋਇਡ ਵਾਲਿਆਂ ਨੂੰ ਆਈਫੋਨ ਫੜਾ ਦਿੰਦੇ ਹਾਂ ਨਾ
ਫਿਰ ਉਹ ਇੰਨਾ ਚੂਪਾ ਕੰਮ ਕਰਦੇ ਆ ਇਹਨੂੰ ਕਹਿਤਾ ਬਾਈ ਵੀਡੀਓ ਬਣਾ ਦੇ ਆ ਬੰਦ ਵੀਡੀਓ ਖੜਾ ਲੈ ਕੇ ਮੈਂ ਫੜਾਇਆ ਫੋਨ ਉਹ ਬੰਦ ਕਰਕੇ ਫੜਾਇਆ ਤੈਨੂੰ ਮੈਨੂੰ ਕਹਿੰਦਾ ਵੀਡੀਓ ਬਣਾ ਔਨ ਕਰੀ ਹੋਈ ਆ ਔਨ ਕਰ ਕਰੀ ਹੋਈ ਕਿ ਮੈਂ ਤੈਨੂੰ ਕਹਾਂ ਵੀਡੀਓ ਬਣਾ ਦੇ ਮੇਰੇ ਪਪਾ ਦੇ ਬਾਈ ਕਹਿ ਗਿਆ ਯਾਰ ਮੈਨੂੰ ਮੈਂ ਕਹਾਂ ਵੀਡੀਓ ਬਣਾ ਦੇ ਠੀਕ ਆ ਵੀਰੇ ਮੇਰੀ ਗਲਤੀ ਆ ਠੀਕ ਆ ਬੈਠ ਕੱਢ ਬੈਠ ਦੇਖ ਲੈ ਆੜੀ ਟੁੱਟ ਜੂਗੀ ਓਰੇ ਆੜੀ ਟੁੱਟ ਜੂਗੀ ਦੇਖ ਲੈ ਸੱਚੀ ਕਹਿੰਦਾ ਮੈਂ ਆੜੀ ਟੁੱਟ ਜੂਗੀ ਫਿਰ ਅਸਾਂ ਮੈਂ ਸੱਚੀ ਕਹਿੰਦਾ ਜੇ ਬੈਠਕ ਨਾ ਕੱਢੀ ਆ ਬਲੌਗ ਚ ਆੜੀ ਟੁੱਟ ਜਾਣੀ ਮਰਜ਼ੀ ਆ ਤੇਰੀ ਪੰਜ ਗਿਣੂਗਾ ਪੰਜ ਦੇ ਵਿੱਚ ਵਿੱਚ ਕੱਢ ਦੇ ਸੱਚੀ ਆੜੀ ਟੁੱਟ ਜਾਣੀ ਸੌਂ ਲੱਗੇ ਇੱਕ ਪੂਰੀ ਥੱਲੇ ਪੂਰਾ ਥੱਲੇ ਜਾ ਥੱਲੇ ਇੱਕ ਦੋ ਸੱਚੀ ਕਹਿੰਦਾ ਆੜੀ ਟੁੱਟ ਜੂਗੀ ਇੱਕ ਬਣਾਤੀ ਹੋਣੀ ਗੱਲਬਾਤ ਹਰਮਨ ਨੇ ਬਾਕੀ ਬਾਈ ਜਿਵੇਂ ਬਲੌਗ 'ਚ ਕਿਹਾ ਤਾ ਨਾ ਵੀ ਕਿਸੇ ਯਾਰ ਦੋਸਤ ਕਿਸੇ ਭਾਈ ਨੇ ਆਪਣੇ ਤੋਂ ਟਾਇਰ ਚੇਂਜ ਕਰਵਾ ਸੋਰੀ ਲਾਏ ਚੇਂਜ ਕਰਵਾਉਣੇ ਟਾਇਰ ਤਾਂ ਆਪਣੇ ਵਾਲੇ ਪਏ ਵੇ ਆ ਵੀ ਲਾਏ ਚੇਂਜ ਕਰਵਾਉਣੇ ਆ ਤਾਂ ਕਮੈਂਟ ਕਰਕੇ ਦੱਸ ਦਿਉ ਠੀਕ ਆ ਤਾਂ ਉਹ ਬਾਈ ਵਿਚਾਰੇ ਸਾਊ ਤੇ ਵਧੀਆ ਬੰਦੇ ਤੇ ਯਾਰ ਉਹ ਆ ਗਏ ਅਤੇ ਉਹ ਕਹਿੰਦੇ ਰੋਪੜ ਤੋਂ ਆਏ ਆ ਬਾਈ ਉਹ ਅਤੇ ਉਹਨਾਂ ਨੂੰ ਆਪਾਂ ਮਰਸੀਡੀਜ਼ ਵਾਲੇ ਦਿੱਤੇ ਮਤਲਬ ਰੇਟ ਦੋਨਾਂ ਦਾ ਸੇਮ ਆ ਸਾਡੇ ਇੱਧਰ 7500 ਦਾ ਮੈਨੂੰ 9000 ਦੇ ਪਏ ਏਜੰਸੀ ਵੱਲੋਂ ਉਹ ਵਾਲੇ ਅਤੇ ਉਹਨੂੰ ਮਰਸੀਡੀਜ਼ ਵਾਲੇ ਦੇਤੇ ਬਾਈ ਨੂੰ ਅਤੇ ਨਾਲੇ ਉਹ ਕਹਿੰਦਾ ਕਹਿੰਦਾ ਯਾਰ ਬਾਈ ਤੂੰ ਆਹ ਪਵਾਉਣੇ ਆਹ ਪਵਾ ਲਈ ਮੈਂ ਆਹ ਦੁਬਾਰੇ ਪਵਾ ਲੂੰਗਾ ਮਰਜ਼ੀ ਆ ਅਤੇ ਵਧੀਆ ਬੰਦੇ ਦੇ ਯਾਰ ਤਾਂ ਕਰਕੇ ਉਹ ਬਸ ਹੁਣ ਆਪਾਂ ਕੁਛ ਖਾ ਪੀ ਕੇ ਯਾਰ ਤੁਹਾਨੂੰ ਮੈਂ ਕੰਪੈਰੀਜ਼ਨ ਕਰਕੇ ਦਿਖਾਉਂਦਾ ਹੁੰਦਾ ਸਪਲੈਂਡਰ ਦੇ ਬਲੌਗ ਸਪਲੈਂਡਰ ਨਾਲ ਵੀ ਕਿੰਨੀ ਮੋਟੀ ਐਸ ਆ ਜਿਵੇਂ ਮੈਂ ਬਲੌਗ 'ਚ ਕਿਹਾ ਤਾ ਨਾ ਵੀ ਕਿਸੇ ਯਾਰ ਦੋਸਤ ਕਿਸੇ ਭਾਈ ਨੇ ਆਪਣੇ ਤੋਂ ਟਾਇਰ ਚੇਂਜ ਕਰਵਾ ਸੋਰੀ ਲਾਏ ਚੇਂਜ ਕਰਵਾਉਣੇ ਟਾਇਰ ਤਾਂ ਆਪਣੇ ਵਾਲੇ ਪਏ ਵੇ ਆ ਵੀ ਲਾਏ ਚੇਂਜ ਕਰਵਾਉਣੇ ਆ ਤਾਂ ਕਮੈਂਟ ਕਰਕੇ ਦੱਸ ਦਿਉ ਠੀਕ ਆ ਤਾਂ ਉਹ ਬਾਈ ਵਿਚਾਰੇ ਸਾਊ ਤੇ ਵਧੀਆ ਬੰਦੇ ਤੇ ਯਾਰ ਉਹ ਆ ਗਏ ਅਤੇ ਉਹ ਕਹਿੰਦੇ ਰੋਪੜ ਤੋਂ ਆਏ ਆ ਬਾਈ ਉਹ ਅਤੇ ਉਹਨਾਂ ਨੂੰ ਆਪਾਂ ਮਰਸੀਡੀਜ਼ ਵਾਲੇ ਦਿੱਤੇ ਮਤਲਬ ਰੇਟ ਦੋਨਾਂ ਦਾ ਸੇਮ ਆ ਸਾਡੇ ਇੱਧਰ 7500 ਦਾ ਮੈਨੂੰ 9000 ਦੇ ਪਏ ਏਜੰਸੀ ਵੱਲੋਂ ਉਹ ਵਾਲੇ ਅਤੇ ਉਹਨੂੰ ਮਰਸੀਡੀਜ਼ ਵਾਲੇ ਦਿੱਤੇ ਬਾਈ ਨੂੰ ਅਤੇ ਨਾਲੇ ਉਹ ਕਹਿੰਦਾ ਕਹਿੰਦਾ ਯਾਰ ਬਾਈ ਤੂੰ ਆਹ ਪਵਾਉਣੇ ਆਹ ਪਵਾ ਲਈ ਮੈਂ ਆਹ ਦੁਬਾਰੇ ਪਵਾ ਲੂੰਗਾ ਮਰਜ਼ੀ ਆ ਅਤੇ ਵਧੀਆ ਬੰਦੇ ਤੇ ਯਾਰ ਤਾਂ ਕਰਕੇ ਉਹ ਬਸ ਹੁਣ ਆਪਾਂ ਕੁਛ ਖਾ ਪੀ ਕੇ ਯਾਰ ਤੁਹਾਨੂੰ ਮੈਂ ਕੰਪੈਰੀਜ਼ਨ ਕਰਕੇ ਦਿਖਾਉਂਦਾ ਹੁੰਦਾ ਸਪਲੈਂਡਰ ਦੇ ਬਲੌਗ ਸਪਲੈਂਡਰ ਨਾਲ ਵੀ ਕਿੰਨੀ ਮੋਟੀ ਐਸ ਆ ਉਹ ਮੈਂ ਵੀ ਦੇਖ ਲਾ ਮੈਂ ਕਹੇ ਜੇ ਲੱਗਦੇ ਆ ਤੋਰੀ ਮਾੜਾ ਤੋਰੀ ਇੱਧਰ ਇੱਧਰ ਡਿਸਕ ਪਿੱਛੇ ਲੁਕ ਜਾਂਦੇ ਆ ਅਤੇ ਇੱਧਰ ਆ ਜਿਹੜੀ ਆਹ ਚੀਜ਼ ਆ ਨਾ ਬੰਦ ਕਰੀ ਉਹ ਕਰਦੇ ਬਸ ਆਹ ਕਰਦੇ ਇਹਨੂੰ ਦੱਬਦੇ 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 ਇਹਨੂੰ ਜਿਹੜੀ ਆਹ ਚੀਜ਼ ਆ ਨਾ ਇਹ ਤਾਂ ਜਾਂਦੀ ਆ ਬਾਈ ਖੁੱਲ੍ਹ ਠੀਕ ਆ ਇਹ ਆਪਾਂ ਨੇ ਖਲਵਾ ਦੇਣੀ ਅਤੇ ਡਿਸਕ ਤਾਂ ਚੱਲ ਉਹ ਤਾਂ ਖਲਵਾ ਸਕਦੇ ਅਤੇ ਜਦ ਇਹ ਖੁੱਲ੍ਹ ਗਈ ਫਿਰ ਟਾਇਰ ਇੱਧਰ ਦੇ ਵੀ ਐਨ ਲਾਇਆ ਸੋਰੀ ਇੱਧਰ ਦੇ ਵੀ ਦਿਖਣਗੇ ਲਾਏ ਅਤੇ ਆਹ ਦੇਖੋ ਇੱਧਰ ਤਾਂ ਦਿਖਦੇ ਹੋ ਆ ਦੋਨੋਂ ਪਾਸੇ ਤਾਂ ਐਨ ਘੈਂਟ ਲੱਗਦੇ ਆ ਅਤੇ ਮਤਲਬ ਫੀਲਿੰਗ ਜੀ ਆ ਰਹੀ ਆ ਓਲਡ ਬੁਲਟਾਂ ਵਾਲੀ ਤੀਜੀ ਵਾਰ ਬੋਲ ਹੋਇਆ ਮੈਂ ਤਾਂ ਇਹ ਪਤਾ ਨਹੀਂ ਕਾਹਤੇ ਅਤੇ ਬਸ ਹੁਣ ਆਪਾਂ ਕਰਦੇ ਹਾਂ ਦੇਖੋ ਇਹ ਮੇਰਾ ਪਤਾ ਨਹੀਂ ਮੇਰਾ ਬੂਟ ਜਿਹੜਾ ਮੇਰਾ ਤਾਂ ਨਹੀਂ ਜੜਿਆ ਇਹਦੀ ਚੱਪਲ ਵੀ ਨਹੀਂ ਜਿਹੜੀ ਪਤਾ ਨਹੀਂ ਹੈ ਕਿਆ ਜਲ ਗਿਆ ਲੱਗ ਗਿਆ ਸਲੈਂਸਰ ਨੂੰ ਬਾਕੀ ਹੁਣ ਚੱਲਦੇ ਹਾਂ ਕਾਰ ਸਟਾਰਟ ਵਾਹ ਵੀਰੇ ਤੂੰ ਤੜਵਾ ਨਾ ਲਈ ਆਪਣਾ ਟੁੱਟ ਟੁੱਟ ਕੇ ਜਾਣਾ ਘਰ ਨੂੰ ਲੋਈ ਮਿੱਤਰੋ ਆਹ ਚੈੱਕ ਕਰੋ ਆਹ ਹੈਗੇ ਆ ਬੁਲਟ ਦੇ ਐਸ ਵੀਲ ਅਤੇ ਆਹ ਸਪਲੈਂਡਰ ਦੇ ਠੀਕ ਆ ਇਹ ਦੇਖੋ ਪਤਲੇ ਆ ਨਾ ਬਹੁਤ ਜ਼ਿਆਦਾ ਪਤਲੇ ਆ ਇਹ ਹੈ ਨਾ ਇਹ ਮੋਟੇ ਆ
ਇਹ ਮੋਟੀ ਐਸ ਵਧੀਆ ਲੱਗਦੀ ਹੈ ਪਰ ਹੁਣ ਮੈਨੂੰ ਦੋਨੋਂ ਜਚਣ ਲੱਗ ਗਏ ਯਾਰ, ਦੋਨੋਂ 'ਚ ਐਸ ਐਸ ਨਾ ਦੋਨੋਂ ਐਸ ਐਸ ਘੈਂਟ ਲੱਗਦੇ ਆ। ਬਾਕੀ ਤੁਸੀਂ ਕਮੈਂਟ ਕਰਕੇ ਦੱਸੋ ਵੀ ਸਪਲੈਂਡਰ 'ਤੇ ਚੇਂਜ ਕਰਾ ਦਈਏ ਵੀ ਉਹ ਕਰਾ ਦਈਏ ਇਹਨੂੰ ਮਰਸਡੀਜ਼ ਵਾਲੇ ਪਵਾ ਦਈਏ। ਬਸ ਇਹ ਮੈਨੂੰ ਤਾਂ ਹੁਣ ਘੈਂਟ ਜਿਹੇ ਲੱਗਣ ਲੱਗ ਗਏ, ਇਹ ਵੀ ਬੁਲਟ ਦੇ ਵੀ ਘੈਂਟ, ਉਹ ਬੁਲਟ ਦੇ ਤਾਂ ਘੈਂਟ ਲੱਗਦੇ ਹੋ। ਪਹਿਲਾਂ ਮੈਨੂੰ ਇਹ ਥੋੜ੍ਹੇ ਥੋੜ੍ਹੇ ਪਤਲੀ ਲੱਗਦੀ ਸੀ ਪਰ ਹੁਣ ਵੀ ਹੁਣ ਸੈੱਟ ਲੱਗ ਰਹੀ ਹੈ। ਅਤੇ ਬਾਕੀ ਬਾਈ ਵਲੌਗ ਕਰਦੇ ਹਾਂ ਖਤਮ, ਅਤੇ ਵਲੌਗ ਕਰਦੇ ਹਾਂ ਖਤਮ। ਅੱਜ ਦਾ ਅੱਧਾ ਵਲੌਗ ਕਿਵੇਂ ਲੱਗਿਆ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਿਓ, ਅਤੇ ਸਬਸਕ੍ਰਾਈਬ ਕਰ ਲਓ ਚੈਨਲ, ਅਤੇ ਬਾਈ ਸਬਸਕ੍ਰਾਈਬ ਕਰ ਲਓ ਹੈ ਠੀਕ ਹੈ। ਜਿਵੇਂ ਤੁਹਾਨੂੰ ਸ਼ੁਰੂਆਤ 'ਚ ਦੱਸਿਆ ਤਾ ਵੀ 80% ਲੋਕਾਂ ਨੇ ਸਬਸਕ੍ਰਾਈਬ ਨਹੀਂ ਕਰਿਆ ਹੋਇਆ, ਸਬਸਕ੍ਰਾਈਬ ਕਰ ਲਓ ਠੀਕ ਹੈ। ਮਿਲਦੇ ਹਾਂ ਅਗਲੇ ਘੰਟੇ ਵਲੌਗ 'ਚ।